ਬਾਕੀ ਮੈਂ ਕਹਿੰਦਾ ਤਾਂ ਹੁੰਦਾ ਜੀ ਸਭ ਫੜੇ ਜਾਣਗੇ, ਬਚਣਾ ਕੋਈ ਨਹੀਂ ਜਿਹੜਾ ਗਲਤ ਕੰਮ। ਜੇ ਉਹ ਦਿੱਲੀ ਚੋਰ ਨੇ ਤਾਂ ਪੰਜਾਬ 'ਚ ਸਾਧ ਕਿੱਥੋਂ ਹੋ ਗਏ? ਕਹਿੰਦੇ ਕਿ ਇੱਥੇ 338 ਕਰੋੜ ਦਾ ਘਪਲਾ ਹੋਇਆ, ਉਹੀ ਲੋਕਾਂ ਨੇ ਘਪਲਾ ਪੰਜਾਬ 'ਚ ਕੀਤਾ, ਪੰਜਾਬ 'ਚ ਤੁਸੀਂ ਕਿਉਂ ਨਹੀਂ ਫੜ ਰਹੇ? ਹੁਣ ਜਦ ਇਹਨਾਂ 'ਤੇ ਕਾਰਵਾਈ ਹੋ ਗਈ ਆ ਅਤੇ ਇਹ ਕਹਿੰਦੇ ਜੀ ਤੁਸੀਂ ਇਹ ਕੱਟੜ ਇਮਾਨਦਾਰਾਂ 'ਤੇ ਕਾਰਵਾਈ ਕਿਵੇਂ ਕਰਦੇ? ਚਲੋ ਮੈਂ ਪਰਸਨਲ ਤੌਰ 'ਤੇ ਦੁੱਖ ਸਾਂਝਾ ਕਰਦਾ, ਮੇਰਾ ਯਾਰ ਹੈ ਜਿਹੜਾ ਫੜਿਆ ਗਿਆ, ਬਾਕੀ ਮੈਂ ਕਹਿੰਦਾ ਤਾਂ ਹੁੰਦਾ ਜੀ ਸਭ ਫੜੇ ਜਾਣਗੇ, ਬਚਣਾ ਕੋਈ ਨਹੀਂ ਜਿਹੜਾ ਗਲਤ ਕੰਮ ਕਰੂ। ਮੈਂ ਆਪ ਪਤਾ ਵੀ ਲੈ ਕੇ ਆਊਂਗਾ ਕੇਜਰੀਵਾਲ ਸਾਹਿਬ ਦਾ, ਅਤੇ ਦੁੱਖ ਇਸ ਗੱਲ ਦਾ ਕਿ ਕੇਜਰੀਵਾਲ ਸਾਹਿਬ ਦੇ ਦੋਹਰੇ ਮਾਪਦੰਡ ਐਕਸਪੋਜ਼ ਹੋਏ, ਨੋਬਡੀ ਇਜ਼ ਅਬਵ ਦ ਲਾਅ। ਔਰ ਜਦ ਕੋਈ ਹੋਰ ਫੜਿਆ ਜਾਂਦਾ ਸੀ ਵਿਰੋਧੀ ਪਾਰਟੀ ਦਾ ਤਾਂ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰਾਂ ਨੇ ਕਾਰਵਾਈ ਕਰਤੀ, ਹੁਣ ਜਦ ਇਹਨਾਂ 'ਤੇ ਕਾਰਵਾਈ ਹੋ ਗਈ ਆ ਅਤੇ ਇਹ ਕਹਿੰਦੇ ਜੀ ਤੁਸੀਂ ਇਹ ਕੱਟੜ ਇਮਾਨਦਾਰਾਂ 'ਤੇ ਕਾਰਵਾਈ ਕਿਵੇਂ ਕਰਤੀ ਹੈ? ਇਸ਼ੂ ਇਜ਼ ਬੜਾ ਕਲੀਅਰ ਕਿ ਅੱਜ ਆਮ ਆਦਮੀ ਪਾਰਟੀ ਦੀ ਫੰਡਿੰਗ, ਉਹਨਾਂ ਦੀ ਫਾਈਨੈਂਸਿੰਗ ਦੋ ਵੱਡੇ ਏਰੀਏ ਤੋਂ ਹੋ ਰਹੀ ਸੀ, ਪੰਜਾਬ 'ਚੋਂ ਸ਼ਰਾਬ ਮਾਫੀਆ ਐਂਡ ਰੇਤ ਮਾਫੀਆ। ਔਰ ਇਸ ਗੱਲ ਦਾ ਰੌਲਾ ਇੱਕ ਵਾਰੀ ਨਹੀਂ ਪਿਆ, ਅਨੇਕਾਂ ਵਾਰੀ ਪਿਆ। ਰੋਪੜ 'ਚ ਰੇਤ ਮਾਫੀਆ ਦੇ ਬਾਰੇ ਆਨਰੇਬਲ ਹਾਈ ਕੋਰਟ ਨੇ ਟਿੱਪਣੀ ਕਰਤੀ, ਔਰ ਜਿਹੜਾ SSP ਦਾ ਨਾਂ ਸਾਹਮਣੇ ਆਇਆ ਕਿ ਭਾਈ ਤੂੰ ਮਸ਼ੀਨਰੀ ਫੜਦਾ ਬੰਦੇ ਕਿਉਂ ਨਹੀਂ ਫੜਦਾ, ਉਸ SSP ਨੂੰ ਪ੍ਰਮੋਟ ਕਰਕੇ ਮੋਗੇ ਲਾਤਾ, ਮੋਗੇ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਸੋ ਓਬਵੀਅਸਲੀ ਜਦੋਂ SSP ਦੀ ਅਪੁਆਇੰਟਮੈਂਟ ਚੀਫ ਮਿਨਿਸਟਰ ਕਰ ਰਿਹਾ, ਉਹਦੀ ਨੌਲੇਜ 'ਚ ਹੋ ਰਿਹਾ, ਅਤੇ ਇਹੀ ਕੰਮ ਦਿੱਲੀ ਹੋ ਰਿਹਾ ਸੀ। ਜੇ ਦਿੱਲੀ ਸ਼ਰਾਬ ਮਾਫੀਆ 'ਚ ਉਹੀ ਪੋਲਿਸੀ ਫੋਟੋਸਟੈਟ ਪੰਜਾਬ 'ਚ ਲਾਗੂ ਹੋਈ ਹੈ, ਉਹੀ ਮਾਰਜਿਨ ਇਨਕਰੀਜ਼ ਹੋਇਆ, ਉਹੀ L1 ਦੇ ਬੰਦੇ ਘਟਾਏ ਗਏ ਆ, ਕੁਛ ਲੋਕਾਂ ਨੂੰ ਮਨੋਪਲੀ ਦਿੱਤੀ ਗਈ ਹੈ, ਜਿਹੜੇ ਮਨੋਪਲੀ ਦਿੱਤੀ ਗਿਆ ਬੰਦਿਆਂ ਦੇ ਨਾਂ ਵੀ ਉਹ ਹੈ। ਜੇ ਉਹ ਦਿੱਲੀ ਚੋਰ ਨੇ ਤਾਂ ਪੰਜਾਬ 'ਚ ਸਾਧ ਕਿੱਥੋਂ ਹੋ ਗਏ? ਕਾਂਗਰਸ ਵੀ ਹੁਣ ਟਵੀਟ ਕਰਦੀ ਹੈ ਕੱਲ੍ਹ ਦੀ ਲਗਾਤਾਰ ਪੰਜਾਬ ਦੇ ਰਾਜਾ ਵੜਿੰਗ ਹੋਣ, ਪ੍ਰਤਾਪ ਬਾਜਵਾ ਜੀ ਨਹੀਂ, ਰਾਜਾ ਵੜਿੰਗ ਸਾਹਿਬ ਨੂੰ ਤਾਂ ਬਾਹਲੀ ਟਵੀਟਾਂ ਨਹੀਂ ਕਰਨੀ ਚਾਹੀਦੀ, ਫਿਰ ਉਹਦੀਆਂ ਬਾਡੀ ਦੀ ਗੱਲ ਕਰਦਾ ਉਦੋਂ ਹੀ ਭੱਜ ਉੱਠਦਾ, ਉਹਦੀ ਬਾਡੀ ਨਹੀਂ ਮਤਲਬ ਉਹਦੀ ਬੱਸ ਦੀ ਬਾਡੀ ਦੀ, ਇਸ ਲਈ ਉਹ ਘਬਰਾ ਜਾਂਦਾ। ਮਗਰ ਅਸਲੀਅਤ ਕੀ ਹੈ, ਕਿੱਥੇ ਨਾ ਕਿੱਥੇ ਮੈਂ ਭਾਜਪਾ ਦੀ ਕੇਂਦਰ ਦੀ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਊਂਗਾ। ਦੇਖੋ ਦਿੱਲੀ 'ਚ ਕਿੰਨੇ ਲੋਕ ਫੜਦੇ, ਕਹਿੰਦੇ ਕਿ ਇੱਥੇ 338 ਕਰੋੜ ਦਾ ਘਪਲਾ ਹੋਇਆ, ਉਹੀ ਲੋਕਾਂ ਨੇ ਘਪਲਾ ਪੰਜਾਬ 'ਚ ਕੀਤਾ, ਪੰਜਾਬ 'ਚ ਤੁਸੀਂ ਕਿਉਂ ਨਹੀਂ ਫੜ ਰਹੇ? ਕਿੱਥੇ ਨਾ ਕਿੱਥੇ ਫਿਰ ਤੁਸੀਂ ਉਹਨਾਂ ਨੂੰ ਸੇਫ ਪੈਸੇਜ ਤਾਂ ਨਹੀਂ ਦੇ ਰਹੇ? ਮੇਰੀ ਜੋ ਖਬਰ ਹੈ, ਕੇਜਰੀਵਾਲ ਸਾਹਿਬ ਤੋਂ ਬਾਅਦ ਇੱਕ ਲੀਡਰਸ਼ਿਪ ਕ੍ਰਾਈਸਿਸ ਖੜ੍ਹਾ ਹੋਣਾ ਆਮ ਆਦਮੀ ਪਾਰਟੀ ਦਾ, ਔਰ ਭਗਵੰਤ ਮਾਨ ਕੰਟਰੋਲਡ ਬਾਈ ਸੈਂਟਰ ਅਨਓਫਿਸ਼ੀਅਲ BJP ਦਾ ਐਕਟਿੰਗ ਇੱਥੇ ਚੀਫ ਮਿਨਿਸਟਰ ਹੋਣਾ, ਜਾਂ ਕਹਿ ਲਓ ਨੋਮੀਨੀ ਹੋਣਾ।